कासम अली शाह साहब, ये जो पिछले दिनों खान साहब के बारे में गलत उन्होंने देखो जी साडा लेजेंड है, साडा लेजेंड है, एक गलती है माफ कर देनी चाहिए है। लेकिन दिल दुखिया सी कि साडे लीडर बादे नु इस तरह दी गल जेब नहीं सी देंदी। ओ चोर नु तू हमदर्द कह दिता है, ए गल्ला सुन के आसान है, मेरे मुंह च निकल गया है, मैं माफ कर दे। पहले एडा वजा लेक्चरर होने के बावजूद ते मुंह निकला निकला ਪੁੱਠੀਆਂ ਸਿੱਧੀਆਂ ਸਮਝੋ ਬਾਰੇ ਬਾਅਦ ਚ ਐਕਸਕਿਊਜ਼ ਕਰ ਲੈਣਾ। ਹਾਏ ਹਾਏ ਇਹ ਤਾਂ ਗੱਲ ਲੈਕਚਰ ਆ ਰਿਹਾ। ਬਾਤ ਇਹ ਹੈ ਕਿ ਪੰਜਾਬੀ ਚ ਮੁਹਾਵਰਾ ਪਹਿਲੇ ਤੋਲੋ ਹਾਏ ਤੇ ਫਿਰ ਬੋਲੋ। ਐਵੇਂ ਕਿਹਾ ਬਿਲਕੁਲ ਸਹੀ ਗੱਲ, ਪਹਿਲੇ ਤੋਲੋ ਤੇ ਫਿਰ ਬੋਲੋ। ਕਾਸਮ ਅਲੀ ਸ਼ਾਹ ਸਾਹਿਬ ਨੂੰ ਚਾਹੀਦੇ ਕਿੱਡੇ ਹੈਗੇ ਨੇ, ਕਿੰਨਾ ਪਰੇ ਨੇ, ਉਹਨਾਂ ਨੂੰ ਆਪਣੀ ਅਕਲ ਤੇ ਥੋੜਾ ਜਿਹਾ ਗੌਰ ਕਰਨਾ ਚਾਹੀਦਾ। ਕਿਸ ਬੰਦੇ ਲਈ ਤੁਸੀਂ ਕੀ ਬੋਲਦੇ ਪਏ? ਹਾਏ ਹਾਏ ਠੀਕ ਹੈ, ਪਹਿਲੀ ਗੱਲ ਹੈ ਕਿ ਉਹ ਐਡਾ ਅੱਛਾ ਬੰਦਾ ਹੈ ਤੇ ਉਹਨੇ ਮੁਲਕ ਲਈ ਕੀ ਕਰਦਾ ਪਿਆ, ਤੁਸੀਂ ਉਹ ਕਰ ਵੀ ਨਹੀਂ ਸਕਦੇ ਕਿਆ ਕਰਦਾ ਪਿਆ? ਬੇਸ਼ੱਕ ਹੈ ਠੀਕ ਹੈ। ਇੱਕ ਉਹ ਦਵਾਈ ਲੈਣ ਗਿਆ, ਉਹ ਵਾਪਸ ਹੀ ਨਹੀਂ ਆ ਰਿਹਾ, ਪਤਾ ਨਹੀਂ ਕਿਰੋਂ ਨਹੀਂ ਆਉਣੀ ਦਵਾਈ। ਕੋਈ ਡਾਕਟਰ ਮੈਨੂੰ ਲੱਗਦਾ ਗੋਦ ਵਿੱਚ ਆਉਣਾ, ਡਾਕਟਰ ਉਹਨੇ ਜਵਾਨ ਹੋਣਾ, ਫਿਰ ਦਵਾਈ ਮੰਨੀ, ਫਿਰ ਉਹਨੇ ਇੱਥੇ ਵਾਪਸ ਪਾਕਿਸਤਾਨ ਆਉਣਾ, ਉਹਨੀ ਦੇ ਪਾਕਿਸਤਾਨ ਖਤਮ ਹੋ ਜਾਣਾ। ਉਸਨੇ ਅਬ ਆ ਕੇ ਸ਼ਬਾਜ਼ ਸ਼ਰੀਫ ਕੇ ਕਹਿਣੇ ਪਏ ਜਾਂ ਕਿਸੀ ਕੇ ਕਹਿਣੇ ਪਏ ਯਾ ਮੈਂ ਨਹੀਂ ਪਤਾ, ਲੇਕਿਨ ਨੂਨ ਲੈ ਕੇ ਕਹਿਣੇ ਪਏ ਉਸਨੇ ਆ ਕੇ ਇਮਰਾਨ ਖਾਨ ਕੀ ਜੋ ਹੈ ਨਾ ਉਸਨੇ ਵੋ ਕਰ ਦੀ, ਬੇਇੱਜ਼ਤੀ ਕਰ ਦੀ। ਅਸਲਾਮ ਅਲੈਕੁਮ ਨਾਜ਼ਰੀਨ, ਮੈਂ ਹੂੰ ਆਪਕਾ ਆਪਣਾ ਸਰਫਰਾਜ਼ ਵਕੀਲ ਮਸ਼ਹੂਰ ਸੁਸਰਾ। ਨਾਜ਼ਰੀਨ, ਕਾਸਮ ਅਲੀ ਸ਼ਾਹ ਸਾਹਿਬ ਨੇ ਕਹਿ ਤੋ ਦਿਆ ਖਾਨ ਸਾਹਿਬ ਕੇ ਬਾਰੇ ਮੇਂ ਕੁਛ ਗਲਤ ਅਲਫਾਜ਼ ਤੋ ਬੋਲ ਦੀਏ, ਲੇਕਿਨ ਅਬ ਮਾਫੀਆਂ ਮੰਗ ਰਹੇ ਹੈਂ, ਕਹਿ ਰਹੇ ਹੈ ਕਿ ਬਸ ਮੁਝਸੇ ਯੇ ਹੋ ਗਿਆ, ਮੁਝੇ ਮਾਫ ਕਰ ਦੇ, ਆਇੰਦਾ ਮੈਂ ਐਸਾ ਨਹੀਂ ਕਰੂੰਗਾ। ਕਾਸਮ ਅਲੀ ਸ਼ਾਹ ਸਾਹਿਬ ਇੱਕ ਲੈਜੈਂਡ ਆਦਮੀ ਹੈ, ਪੜ੍ਹੇ ਲਿਖੇ ਬੰਦੇ ਹੈ, ਪਹਿਲੇ ਤੋਲਣਾ ਚਾਹੀਏ ਫਿਰ ਬੋਲਣਾ ਚਾਹੀਏ, ਯੇ ਸਿਆਣੇ ਕਹਿਤੇ ਹੈ, ਔਰ ਵੋ ਤੋ ਪੜ੍ਹੇ ਲਿਖੇ ਬੰਦੇ ਹੈਂ, ਲੋਕੋਂ ਕੋ ਲੈਕਚਰ ਦੇਤੇ ਹੈਂ, ਫਿਰ ਉਹਨਾਂ ਨੇ ਐਸੀ ਬਾਤ ਕਿਉਂ ਕੀ? ਅਬ ਉਹ ਮਾਫੀ ਮੰਗ ਰਹੇ ਹੈਂ, ਯੇ ਤੋ ਮੁਝੇ ਆਵਾਮ ਹੀ ਬਤਾ ਸਕਦੀ ਕਿ ਉਹਨੇ ਮਾਫ ਕਰਨਾ ਚਾਹੀਏ ਜਾਂ ਨਹੀਂ ਕਰਨਾ ਚਾਹੀਏ। ਮੇਰੇ ਸਾਥ ਰਹੀਏ, ਕਹੀ ਮਤ ਜਾਈਏਗਾ। ਸਰ ਕੈਸੇ ਹੈਂ ਆਪ? ਅਲਹਮਦੁਲਿਲਾ, ਸ਼ੁਕਰ ਅੱਲਾ ਕਾ। ਜ਼ਾਹਿਰ ਹੈ ਸ਼ੁਕਰ ਹੀ ਹੋਏਗਾ, ਜਦੋਂ ਵੇਲੀਆਂ ਖਾਣੀਆਂ ਨੇ ਤਾਂ ਸ਼ੁਕਰ ਹੀ ਹੋਣਾ। ਅਲਹਮਦੁਲਿਲਾ, ਅਲਹਮਦੁਲਿਲਾ, ਮਾਂ ਪਿਓ ਨੇ ਮਿਹਨਤ ਕੀਤੀ ਹੈ। ਮਾਂ ਪਿਓ ਨੇ ਅਸਲ ਮਾਂ ਪਿਓ ਛੱਡ ਕੇ ਹੀ ਇੰਨਾ ਨਹੀਂ ਲਿਜਾਜ਼ ਦੇ, ਅੱਲਾ ਦਾ ਸ਼ੁਕਰ, ਉਹ ਦਾਦੀ ਦਾਦਾ ਵੀ ਜ਼ਿੰਦਾ ਸੀ। ਲੇਕਿਨ ਮਿਹਨਤ ਸਾਡੇ ਪਿਓ ਨੇ ਬੇਤਾਸ਼ਾ ਕੀਤੀ, ਬੇਤਾਸ਼ਾ ਮਿਹਨਤ ਕੀਤੀ, ਜ਼ਾਹਿਰ ਹੈ ਤੁਹਾਡੇ ਤੇ ਮਿਹਨਤ ਨਜ਼ਰ ਆ ਰਹੀ ਕੀਤੀ, ਅੱਲਾ ਦੀ ਮਿਹਰਬਾਨੀ ਨਾਲ, ਮਿਹਰਬਾਨੀ। ਮੈਂ ਕਹਿ ਰਿਹਾ ਕਮਾਲ ਬੱਚਾ ਜੰਮਿਆ ਹੈ, ਥੈਂਕ ਯੂ। ਟਮਾਟਰਾਂ ਦਾ ਟੋਕਰਾ ਹੀ ਜੰਮਦਾ ਉਹਨਾਂ ਨੇ, ਮਾਸ਼ਾਅੱਲਾ। ਸਹੀ ਗੱਲ ਹੈ, ਕਿਆ ਖੂਬਸੂਰਤ ਆਦਮੀ ਆਪ। ਨਾਮ ਕਿਆ ਸਰ ਆਪਕਾ? ਸਿਕੰਦਰ ਹਯਾਤ। ਸਿਕੰਦਰ ਹਯਾਤ, ਕਿਆ ਬਾਤ ਹੈ, ਸਿਕੰਦਰ ਇੱਕ ਸਿਕੰਦਰ ਵੋ ਹੁਆ। ਹਾਂਜੀ, ਔਰ ਕਹਤੇ ਹੈਂ ਸਿਕੰਦਰ ਵੀ ਹਾਥ ਖਾਲੀ ਥੇ ਜਬ ਗਿਆ। ਹਾਂਜੀ ਬਿਲਕੁਲ। ਕਾਸਮ ਅਲੀ ਸ਼ਾਹ ਸਾਹਿਬ, ਯੇ ਜੋ ਪਿਛਲੇ ਦਿਨੋਂ ਖਾਨ ਸਾਹਿਬ ਕੇ ਬਾਰੇ ਮੇਂ ਗਲਤ ਉਨ੍ਹਾਂ ਨੇ ਬੋਲੇ, ਦੇਖੋ ਜੀ ਸਾਡਾ ਲੈਜੈਂਡ ਹੈ, ਸਾਡਾ ਲੈਜੈਂਡ ਹੈ, ਇੱਕ ਗਲਤੀ ਹੈ ਮਾਫ ਕਰ ਦੇਣੀ ਚਾਹੀਦੀ ਹੈ। ਲੇਕਿਨ ਦਿਲ ਦੁਖਿਆ ਸੀ ਕਿ ਸਾਡੇ ਲੀਡਰ ਬਾਦੇ ਨੂੰ ਇਸ ਤਰ੍ਹਾਂ ਦੀ ਗੱਲ ਜ਼ੇਬ ਨਹੀਂ ਸੀ ਦਿੰਦੀ, ਉਹ ਚੋਰ ਨੂੰ ਤੂੰ ਹਮਦਰਦ ਕਹਿ ਦਿੱਤਾ, ਇਹਦੀ ਗੱਲਾਂ ਸੁਣ ਕੇ ਆਸਾਨ ਹੈ ਅੱਗੋ। ਜਦੋਂ ਇਮਰਾਨ ਰਿਆਜ਼ ਭਾਈ ਨੇ ਜਦੋਂ ਛਤਰੋਲ ਕੀਤੀ ਨਾ ਉਹਨਾਂ ਦੇ ਅਲਫਾਜ਼ ਚ, ਫਿਰ ਉਹਨੂੰ ਸਮਝ ਲੱਗੀ ਕਿ ਨਹੀਂ ਯਾਰ, ਮੈਂ ਇੱਕ ਸਾਈਡ ਦੇਖੀ ਸੀ, ਦੂਜੀ ਸਾਈਡ ਨਹੀਂ ਸੀ ਦੇਖੀ। ਜਦੋਂ ਦੂਜਾ ਪੰਨਾ ਦਿਖਾਇਆ ਗਿਆ ਨਾ, ਫਿਰ ਨਹੀਂ ਯਾਰ ਮੈਂ ਗਲਤ ਹਾਂ। ਇਹ ਵੱਡਾ ਪੰਨ ਹੈ ਕਾਸਮ ਅਲੀ ਸ਼ਾਹ ਦਾ ਕਿ ਉਹ ਆਪਣੀ ਗਲਤੀ ਨੂੰ ਤਸਲੀਮ ਕਰਦੇ ਆ, ਲੈਜੈਂਡ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਗਾ। ਇੱਕ ਤਾਂ ਤੁਸੀਂ ਇੱਕ ਤਾਂ ਫਨਾ ਨਾ ਦੇਖੋ, ਤੁਸੀਂ ਉਹਨੂੰ ਮਾਫ ਕਰ ਦਿਓ। ਸ਼ਰਟ ਲੈ ਕੇ ਆਉਂਦੇ ਹੋ ਪਰਚੇਜ ਕਰਕੇ, ਉਹਨੂੰ ਫਿਰ ਵੇਚਣਾ ਵੀ ਹੁੰਦਾ ਨਾ ਸੇਲਮੈਨ ਚ, ਕੋਈ ਇੰਜੀ ਗੱਲ ਹੈਗੀ। ਮੈਂ ਤੁਹਾਨੂੰ ਗੱਲ ਸਮਝਾਵਾਂਗਾ, ਕਾਸਮ ਅਲੀ ਸ਼ਾਹ ਸਾਹਿਬ ਨੇ ਖਾਨ ਸਾਹਿਬ ਕੇ ਬਾਰੇ ਮੇਂ ਗਲਤ ਅਲਫਾਜ਼ ਇਸਤੇਮਾਲ ਕੀਏ, ਉਸਕੇ ਬਾਅਦ ਅਬ ਉਹ ਮਾਫੀਆਂ ਮੰਗ ਰਿਹਾ ਹੈ, ਮੈਨੂੰ ਮਾਫ ਕਰ ਦਿਓ। ਖਾਨ ਸਾਹਿਬ ਮਾਫੀਆਂ ਮੰਗ ਰਹੇ ਨੇ? ਉਹ ਕਾਸਮ ਅਲੀ ਸ਼ਾਹ ਸਾਹਿਬ, ਮੈਨੂੰ ਮਾਫ ਕਰ ਦਿਓ, ਮੈਨੂੰ ਮਾਫ ਕਰ ਦਿਓ, ਮੇਰੇ ਮੂੰਹ ਚੋਂ ਨਿਕਲ ਗਿਆ, ਮੈਨੂੰ ਮਾਫ ਕਰ ਦਿਓ। ਪਹਿਲੇ ਏਡਾ ਵੱਜਾ ਲੈਕਚਰਰ ਹੋਣ ਦੇ ਬਾਵਜੂਦ ਉਹਦੇ ਮੂੰਹੋਂ ਗੱਲਾਂ ਨਿਕਲਣ, ਪੁੱਠੀਆਂ ਸਿੱਧੀਆਂ ਸਮਝੋ ਬਾਰੇ ਬਾਅਦ ਚੋਂ ਐਕਸਕਿਊਜ਼ ਕਰ ਲੈਣ, ਇਹ ਤਾਂ ਗੱਲ ਲੈਕਚਰਰ ਯਾਰ, ਇਹ ਤੇ ਵੈਸੇ ਮੰਨਣ 'ਚ ਨਹੀਂ ਆਉਂਦੀ ਕਿ ਠੀਕ ਹੈ ਉਹਨੇ ਗਲਤੀ ਕੀਤੀ, ਉਹਨੇ ਇਸ ਚੀਜ਼ ਨੂੰ ਤਸਲੀਮ ਕੀਤੀ ਹੈ ਕਿ ਜਾਹਿਲ ਬੰਦਾ ਹੋਵੇ ਨਾ, ਅਨਪੜ੍ਹ ਜਾਹਿਲ,
ਉਹਦੀ ਸਮਝ ਆਉਂਦੀ ਕਿ ਜੋ ਮਰਜ਼ੀ ਬਕਵਾਸ ਕਰ ਸਕਦਾ, ਮਗਰ ਇੱਕ ਬੰਦੇ ਨੂੰ ਨੌਲੇਜ ਹੋਣ ਦੇ ਬਾਵਜੂਦ ਕਹਿ ਕੇ ਬਈ ਯਾਰ ਸੋਰੀ, ਉਹਦੀ ਸੋਰੀ ਐਕਸਪਲੇਨ ਨਹੀਂ ਕਰਨੀ ਚਾਹੀਦੀ, ਨਹੀਂ ਕਰਨੀ ਚਾਹੀਦੀ। ਆਏ ਹਾਏ ਕੀ ਬਾਤ ਹੈ ਕਿ ਇੱਕ ਬੰਦੇ ਕੋ ਸਮਝ ਬੂਝ ਹੈ, ਪਤਾ ਹੈ ਉਸੇ, ਫਿਰ ਉਸਕੇ ਬਾਵਜੂਦ ਉਹ ਕਰਕੇ ਬਾਅਦ ਮੇ ਕਹਦੇ ਯਾਰ ਸੋਰੀ ਮੈਨੂੰ ਪਤਾ ਹੈ, ਮੈਨੂੰ ਪਤਾ ਨਹੀਂ। ਹੁਣ ਮੌਲਵੀ ਸਾਹਿਬ ਨੂੰ ਪਤਾ ਸ਼ਰਾਬ ਹਰਾਮ ਹੈ ਸਾਰਿਆਂ ਦੇ ਵਿੱਚ ਭੈਣ, ਦੇਖੋ ਨਾ ਮੇਰੀ ਭੈਣ ਨਾਲ ਤੁਹਾਡਾ ਵਿਆਹ ਹੋਇਆ ਹੈ ਤੇ ਦੇਖੋ ਨਾ ਉਹਨੂੰ ਚੰਗਾ ਭਲਾ ਪਤਾ ਸੀ ਕਿ ਬੰਦਾ ਇਹੋ ਜਿਹਾ ਹੈਗਾ, ਬੇੜਾ ਗਰਕ ਹੋਇਆ ਹੈ, ਹੁਣ ਬਾਅਦ ਕਦੇ ਮੈਨੂੰ ਮਾਫ਼ ਕਰ, ਤੇ ਮਾਫ਼ੀ ਨਹੀਂ ਮੰਗਦੀ ਹੁਣ, ਫਿਰ ਨਹੀਂ ਬਸ, ਫਿਰ ਸਜ਼ਾ ਪੱਕੀ ਹੈ, ਹੋਰ ਸਜ਼ਾ ਪੱਕੀ ਹੋ ਗਈ, ਹੁਣ ਨਹੀਂ ਮਾਫ਼ੀ ਹੋ ਸਕਦੀ, ਹੁਣ ਹਾਂਜੀ ਹੁਣ ਬਸ ਖਤਮ ਹੋਣ ਦੀ ਕਹਾਣੀ ਸਟੋਰੀ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ ਸਰ, ਕੀ ਹਾਲ ਹੈ ਭੈਣ? ਅਲਹਮਦੁਲਿਲਾ ਜੀ, ਬੜਾ ਚੰਗਾ। ਤੁਸੀਂ ਬਿੱਲੀ ਨਾਲ ਆਡਾ ਲਾਇਆ ਹੈ ਕਿ ਉਦਾਂ ਦਾ ਹੀ ਹੋਣਾ ਬਿਲਕੁਲ, ਕੀ ਗੱਲ ਨੇ? ਬਿੱਲੀ ਨੇ ਲੋਕੀ ਬਿੱਲਾ ਕਹਿੰਦੇ ਨੇ, ਬਿੱਲਾ ਕਹਿੰਦੇ, ਬਿੱਲਾ ਕਹਿੰਦੇ ਨੇ, ਅਗੋ ਬਿੱਲੀ ਨਾਲ ਵਿਆਹ ਹੋ ਗਿਆ, ਬਿੱਲੀ ਨਾਲ, ਬਿੱਲੀ ਨਾਲ ਵਿਆਹ ਹੋ ਗਿਆ, ਬਿੱਲੀ ਨਾਲ ਵਿਆਹ ਹੋ ਗਿਆ, ਯਾਨੀ ਕਮਾਲ ਹੀ ਹੋ ਗਿਆ, ਕਮਾਲ ਹੀ ਹੋ ਗਿਆ, ਫਿਰ ਤਾਂ 7 ਬੱਚੇ ਇਕੱਠੇ ਹੀ ਹੋਏ ਹੋਣਗੇ, ਨਹੀਂ ਇਕੱਠੇ ਨਹੀਂ ਹੋਏ, ਵੱਖਰੇ ਵੱਖਰੇ। ਅੱਛਾ ਲੈ ਲੈ ਲੈ, ਤੁਸੀਂ ਬਿੱਲੀ ਨੂੰ ਜ਼ਿਆਦਾ ਤਕਲੀਫ ਨਹੀਂ ਦਿੱਤੀ? ਨਹੀਂ। ਹਾਂ ਤੁਸੀਂ ਕਿ ਨਹੀਂ ਫਿਗਰ ਖਰਾਬ ਹੋ ਜਾ, ਨਹੀਂ ਭਾਈ ਅਸੀਂ ਨਾ ਅਸੀਂ ਰਨ ਮਰੀਜ਼ ਹੁੰਦੇ ਹਾਂ, ਕਿਸੇ ਨਾ ਕਿਸੇ ਦਾ ਮਰੀਜ਼ ਹੋਣਾ ਚਾਹੀਦਾ, ਹੋਣਾ ਚਾਹੀਦਾ, ਚਾਹੇ ਰਨ ਮਰੀਜ਼ ਹੀ ਹੋਵੇ ਬੰਦਾ, ਰਨ ਮਰੀਜ਼ ਜਿਹੜਾ ਰਹਿੰਦਾ ਨਾ ਖੁਸ਼ ਰਹਿੰਦਾ। ਸਰ ਨਾਮ ਬਤਾਏ ਪੂਰਾ? ਮਨੀਰ ਹੁਸੈਨ। ਮਨੀਰ ਹੁਸੈਨ ਸਾਹਿਬ ਕਿਆ ਕਹਤੇ ਹੈ ਇਹ ਕਾਸਮ ਅਲੀ ਸ਼ਾਹ ਸਾਹਿਬ ਨੇ ਪਿਛਲੇ ਦਿਨੋਂ ਬੜੇ ਗਲਤ ਅਲਫਾਜ਼ੋਂ ਕਾ ਇਸਤੇਮਾਲ ਕੀਆ ਖਾਨ ਸਾਹਿਬ ਕੇ ਬਾਰੇ ਮੇਂ, ਔਰ ਅਬ ਉਹ ਜਾ ਕੇ ਮਾਫੀਆਂ ਮੰਗ ਰਹੇ ਹੈਂ, ਐਸੇ ਕਰਨੇ ਚਾਹੀਦੇ ਇਨਕੋ, ਅਬ ਮਾਫੀਆਂ ਮੰਗ ਰਹੇ ਹੈਂ? ਬਾਤ ਇਹ ਹੈ ਕਿ ਪੰਜਾਬੀ ਚ ਮੁਹਾਵਰਾ ਪਹਿਲੇ ਤੋਲੋ ਹਾਏ ਤੇ ਫਿਰ ਬੋਲੋ, ਐਵੇਂ ਕਿਹਾ, ਬਿਲਕੁਲ ਸਹੀ ਗੱਲ, ਪਹਿਲੇ ਤੋਲੋ ਤੇ ਫਿਰ ਬੋਲੋ, ਇਹ ਪਹਿਲੇ ਬੜਬੜ ਕਰ ਲੈਂਦੇ ਨੇ, ਇਹਨਾਂ ਨੂੰ ਪਤਾ ਲੱਗਦਾ ਨਹੀਂ ਅਸੀਂ ਕੀ ਕਹਿ ਰਹੇ ਹਾਂ, ਇਮਰਾਨ ਖਾਨ ਦੇ, ਮੈਂ ਇਮਰਾਨ ਖਾਨ ਦਾ ਸਪੋਰਟਰ ਨਹੀਂ ਹਾਂ, ਮੈਂ ਤਰੀਕੇ ਲੱਭਿਆ ਇਕਦਮ, ਠੀਕ ਹੈ ਨਾ, ਮਗਰ ਮੈਂ ਉਹਦੀ ਇੱਜ਼ਤ ਸਿਰਫ ਇਸ ਤੋਂ ਕਰਨਾ ਕਿ ਉਹਨੇ 15 ਮਾਰਚ ਨੂੰ ਕਰਾਰਦਾਦ ਮਨਜ਼ੂਰ ਕਰਾਈ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੇ ਬਾਰੇ, ਪੁਰਾਣੇ ਪਾਕ ਦੀ ਤਾਲੀਮ ਜਿਹੜੀ ਹੈ ਉਹਨੇ ਆਮ ਕਰਾਰ ਦਿੱਤੀ, ਇਹ ਅੱਜ ਤੱਕ ਕਿਸੇ ਹੁਕਮਰਾਨ ਨੇ ਨਹੀਂ ਕੀਤਾ, ਇਹਨਾਂ ਨੇ ਤਾਂ ਖਤਮੇ ਨਬੂਵਤ ਸਹੀ ਜਿਹੜਾ ਉਹ ਗਾਇਬ ਕਰਤਾ ਸੀ, ਜ਼ਾਹਿਦ ਅਹਿਮਦ ਇਹਨਾਂ ਦੇ ਘਰ ਲੁਕਿਆ ਜਾ ਕੇ, ਜਿਹੜੇ ਪੌਦੇ ਪੜ੍ਹੇ ਲਿਖੇ ਹੁੰਦੇ ਨਾ ਉਹਨਾਂ ਦੀ ਮੱਤ ਵੱਜ ਜਾਂਦੀ, ਉਹਨਾਂ ਦੀ ਮੱਤ ਵੱਜ ਗਈ ਸੀ, ਉਹਨਾਂ ਨੇ ਕਿਹਾ ਤਾਂ ਹੁਣ ਮਾਫ਼ੀਆਂ ਮੰਗਦੇ ਨੇ, ਮੇਰਾ ਖਿਆਲ ਹੈ ਖਾਨ ਸਾਹਿਬ ਮਾਫ਼ ਕਰ ਦੇਣਗੇ, ਵੱਡਾ ਬੰਦਾ, ਸ਼ੁਕਰ ਤੇ ਅੰਦਰੋਂ ਬੰਦਾ ਕੱਢੋ ਜਿਹੜਾ ਵਾਲਿਆ ਹੈ, ਕੈਮਰੇ ਦੇ ਕਿਤੇ ਵੈਦੇ ਸਾਹਿਬ ਦੀ ਬੋਲਦੀ ਬਾਤ। ਅੱਛਾ ਇਕੱਲੇ ਹੀ ਬੰਦੇ ਹੋ, ਮੈਂ ਸਮਝਿਆ ਸ਼ਾਇਦ ਅੰਦਰ ਕੋਈ ਬੰਦਾ, ਓਏ ਹੋਏ ਕੀ ਬਾਤ ਹੈ, ਸਹੀ ਗੱਲ ਹੈ, ਲੋਕਾਂ ਨੂੰ ਆਟਾ ਲੱਭ ਨਹੀਂ ਰਿਹਾ, ਤੁਸੀਂ ਬੇ ਢਿੱਡ ਨਾ ਬੰਨੇ, ਕੀ ਬਾਤ ਹੈ ਕੀ ਬਾਤ ਹੈ, ਸੁਣਾਓ। ਸ਼ੁਕਰ ਮਾਨ ਨਾਮ, ਉਮਰ ਹਯਾਤ, ਉਮਰ ਹਯਾਤ, ਹਮੇਸ਼ਾ ਹਯਾਤ ਰਹੇ, ਹਮਾਰੀ ਦੁਆ ਹੈ ਆਪਕੀ, ਆਮੀਨ ਆਮੀਨ। ਢਿੱਡਾ ਵੱਡਾ ਮੂੰਹ ਕਰ ਲਿਆ, ਓਏ ਕੀ ਬਾਤ ਹੈ ਕੀ ਬਾਤ ਹੈ, ਕੁਝ ਰਹੋ ਕੁਝ ਰਹੋ। ਸਰ ਕੀ ਆਪ ਕਹਤੇ ਹੈ, ਆਪ ਮੁਝੇ ਯੇ ਬਤਾਈਏਗਾ ਕਿ ਇਹ ਕਾਸਮ ਅਲੀ ਸ਼ਾਹ ਸਾਹਿਬ ਨੇ ਜੋ ਅਲਫਾਜ਼ ਬੋਲੇ ਹੈ ਖਾਨ ਸਾਹਿਬ ਕੇ ਲੀਏ, ਅਬ ਜਾ ਕਰ ਵੋ ਮਾਫ਼ੀਆਂ ਮੰਗ ਰਹੇ ਹੈ, ਕਿਉਂ? ਵੈਸੇ ਪਹਿਲੇ ਪੜ੍ਹੇ ਲਿਖੇ ਬੰਦੇ, ਇੱਕ ਲੈਜੈਂਡ ਆਦਮੀ ਹੈ ਯਾਰ, ਕਮਾਲ ਲੈਕਚਰ ਉਨਕਾ ਸੁਨੇ, ਦੇਖਾ ਜਾਏ ਜਿਤਨੇ ਹੀ ਇਮਰਾਨ ਖਾਨ ਕੇ ਸਾਥ ਖੜੇ ਹੋਤੇ ਹੈ, ਪਹਿਲੀ ਬਾਤ ਹੈ ਕਿ ਉਹਨੇ ਜੋ ਸਾ ਕੀਆ ਸਾਰਾ ਗਲਤ ਹੈ, ਪਹਿਲੇ ਉਨਕੋ ਪਤਾ ਨਹੀਂ ਥਾ, ਪਹਿਲੇ ਉਹਨਾਂ ਨੇ ਪਹਿਲੇ ਦੇਖਾ ਗੌਰ ਤੇ ਕਿ ਬੰਦਾ ਬਹੁਤ ਅੱਛਾ ਹੈ, ਉਹਨੇ ਨਾਲ ਫਿਰ ਮਾਫ਼ੀ ਮੰਗਣੀ ਸ਼ੁਰੂ ਕਰ ਦੀ, ਪਹਿਲੇ ਨਹੀਂ ਸੋਚ ਕਰਨਾ ਚਾਹੀਦਾ, ਜੈਸੇ ਬੰਦਾ ਕਰਤਾ ਪਹਿਲੇ ਗਲਤੀ ਕਰ ਲੈਤਾ ਫਿਰ ਮਾਫ਼ੀ ਮੰਗਣੇ ਚਲੇ ਜਾਂਦਾ, ਅਜੀਬ ਹੀ ਗੱਲ ਹੋਈ ਨਾ, ਪਹਿਲੇ ਗਲਤੀ ਕਰ ਲਵੋ ਫਿਰ ਬਾਅਦ ਚ ਮਾਫ਼ੀ, ਹਾਂਜੀ ਫਿਰ ਦੋ ਹੀ ਆ, ਫਿਰ ਉਹ ਜਿਹੜਾ ਗ੍ਰੇਸ ਤੇ ਆਪ ਚਲੇ ਗਿਆ ਤੇ ਅੱਗੋਂ ਕਹਿ ਗਿਆ ਸੋਰੀ, ਮੋਟਾ ਮਾਰ ਕੇ ਹਿਲਾ ਕੇ ਲਾਰਾ, ਓਏ ਕੀ ਬਾਤ ਹੈ, ਜਿੰਨੀ ਸੋਰੀ ਆਖੀ, ਕਾਸਮ ਅਲੀ ਸ਼ਾਹ ਸਾਹਿਬ ਨੂੰ ਚਾਹੀਦੇ ਕਿੱਡੇ ਹੈਗੇ ਨੇ, ਕਿੰਨਾ ਪਰੇ ਨੇ, ਉਹਨਾਂ ਨੂੰ ਆਪਣੀ ਅਕਲ ਤੇ ਥੋੜਾ ਜਿਹਾ ਗੌਰ ਕਰਨਾ ਚਾਹੀਦਾ, ਕਿਸ ਬੰਦੇ ਲਈ ਤੁਸੀਂ ਕੀ ਬੋਲਦੇ ਪਏ, ਹਾਏ ਹਾਏ, ਠੀਕ ਹੈ, ਪਹਿਲੀ ਗੱਲ ਇਹ ਕਿ ਏਡਾ ਅੱਛਾ ਬੰਦਾ ਹੈ ਤੇ ਉਹਨੇ ਮੁਲਕ ਲਈ ਕੀ ਕਰਦਾ ਪਿਆ, ਤੁਸੀਂ ਉਹ ਕਰ ਵੀ ਨਹੀਂ ਸਕਦੇ ਕਿ ਕਰਦਾ ਪਿਆ, ਬੇਸ਼ੱਕ ਹੈ, ਠੀਕ ਹੈ, ਇੱਕ ਉਹ ਦਵਾਈ ਲੈਣ ਗਿਆ, ਉਹ ਵਾਪਸ ਹੀ ਨਹੀਂ ਆ ਰਿਹਾ, ਪਤਾ ਨਹੀਂ ਕਿਰੋਂ ਨਹੀਂ ਆਉਣੀ ਦਵਾਈ, ਕੋਈ ਡਾਕਟਰ ਮੁੱਲਾ ਦਾ ਗੋਦ ਵਿੱਚ ਆਉਣਾ, ਡਾਕਟਰ ਉਹਨੇ ਜਵਾਨ ਹੋਣਾ, ਫਿਰ ਦਵਾਈ ਮੰਨੀ, ਫਿਰ ਉਹਨੇ ਇੱਥੇ ਵਾਪਸ ਪਾਕਿਸਤਾਨ ਆਉਣਾ, ਉਹਨੀ ਦੇ ਪਾਕਿਸਤਾਨ ਖਤਮ ਹੋ ਜਾਣਾ, ਉਹ ਇਤਨਾ ਪੜ੍ਹਾ ਲਿਖਾ ਬੰਦਾ ਹੈ, ਉਹ ਲੈਕਚਰ ਦੇਤੇ ਹੈ ਲੋਕੋ ਕੋ, ਉਨਕੀ ਜੋ ਨਾ ਲੈਕਚਰ ਕੀ ਵਜਹ ਸੇ ਹਰ ਬੰਦਾ ਉਸਕੋ ਜੋ ਨਾ ਅੱਛਾ 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 ਸਮਝ ਆ ਜਾਤਾ, ਲੇਕਿਨ ਉਸਨੇ ਕਿਸੀ ਔਰ ਕੇ ਆ ਕੇ ਨਾ ਉਸੀ ਕੋ ਬਾਤੇਂ ਸੁਣਾ ਦੀਆਂ ਕਿ ਯੇ ਖਾਨ ਸਾਹਿਬ ਇਸ ਤਰ੍ਹਾਂ, ਲੇਕਿਨ ਉਸਨੇ ਆਪਣੀ ਵੈਲਿਊ ਖਤਮ ਕਰ ਦਿੱਤੀ, ਜਿਤਨੀ ਇਸਕੀ ਵੈਲਿਊ ਹੋਤੀ ਨਾ ਉਸਕੀ ਜਿਤਨੀ ਇੱਜ਼ਤ ਥੀ ਨਾ ਪਾਕਿਸਤਾਨ ਮੇਂ ਕਮ ਲੋਗੋ ਕੀ ਥੀ, ਪੜ੍ਹੇ ਲਿਖੋ ਕੀ, ਲੇਕਿਨ ਉਸਨੇ ਪੜ੍ਹੇ ਲਿਖੇ ਕੇ ਨਾ ਆਪਣੇ ਅੰਦਾਜ਼ ਕੀ ਵਜਹ ਸੇ ਉਸਨੇ ਸਾਰਾ ਕੁਛ ਖਤਮ ਕਰ ਦਿੱਤਾ, ਐਸੀ ਚੀਜ਼ ਨਹੀਂ, ਆਪਣੀ ਉਦੋਂ ਤੱਕ ਹੋਣਾ ਚਾਹੀਏ, ਆਪਣੀ ਜੋ ਉਨਕਾ ਕਾਮ ਹੈ ਵਹੀ ਕਰਨਾ ਚਾਹੀਏ, ਜੇ ਉਹ ਦੇਤਾ ਥਾ ਪਹਿਲੇ ਲੈਕਚਰ ਦੇਤਾ ਥਾ ਤੋ ਹਰ ਬੰਦਾ ਉਸਕਾ ਲੈਕਚਰ ਸੁਣਦਾ ਥਾ, ਕਿਉਂਕਿ ਲੈਕਚਰ ਉਸਕਾ ਅੱਛਾ ਹੋਤਾ ਥਾ, ਲੇਕਿਨ ਉਸਨੇ ਅਬ ਆ ਕੇ ਸ਼ਬਾਜ਼ ਸ਼ਰੀਫ ਕੇ ਕਹਿਣੇ ਪੇ ਜਾਂ ਕਿਸੀ ਕੇ ਕਹਿਣੇ ਪੇ ਯਾ ਮੈਂ ਨਹੀਂ ਪਤਾ, ਲੇਕਿਨ
نون لیگ کے کہنے پہ اس نے آگے عمران خان کی جو ہے نا اس نے وہ کر دی, بےزتی کر دی, لیکن اس کی بےزتی نہیں ہوئی, اس کی اپنی خود بےزتی ہوئی, اس کی اپنی خود کی بےزتی. اب معافیا مانگنے کا کیا فائدہ, اب انسانوں کی نظروں سے گر گیا, بندہ نظروں سے گر جاتے ہیں, جب بلندی سے گرے تو ایک بار اٹھ سکتا ہے, لیکن انسان انسان کی نگاہوں سے گرے تو دوبارہ نہیں, کبھی نہیں اٹھ سکتے. وہ جتنی کوشش کرے, معافیا مانگے, جو بھی کرے نا, لیکن عوام اس کو عزت وہ نہیں دے گی جو پہلا مقابلہ ہوتا. تو عمران خان نے اسے پتہ ہے اتنی پیاری بات کی کہ پورے ملک پاکستان کا عوام سارے سیاست دان, سب آ سکتا ہے, لیکن انسان کو جو نا ایک فطر ذہن ہونا چاہیے کہ ملک کے بارے میں نے کیا سوچنا ہے. یہ نہیں کہ کسی کے کہنے پہ میں نے آپ کے سامنے آپ کی بےزتی کر لی. ارے بہت اچھی بات کی ہے انہوں نے, بہت خوبصورت بات کی ہے کہ ہر بندے کا حق ہے وہ سیاست میں آ سکتا ہے, لیکن سوچ اس کی اچھی ہونی چاہیے, پاکستان کے لیے بہتر سوچنا چاہیے, یہ خان صاحب نے کہا تھا. اب یہ شاہ جی نے کمنٹس لوگوں کے سن لیے ہیں کہ اب آپ اپنی عزت وہ گوا چکے ہیں, عوام آپ کو معاف کرنا چاہ رہی ہے یا نہیں چاہ رہی ہے, لیکن خان صاحب بڑے آدمی ہیں, وہ آپ کو معاف کر دیں تو کر دیں. بہرحال ناظرین ہنستے رہے, مسکراتے رہے, ہنسی والی زندگی گزارے, کبھی کسی کی دل آزاری مت کیجیے گا, عزت لیں, محبت بانٹے اور محبت حاصل کریں, اور پروردگار پر یقین رکھیں, کیونکہ سب طاقتیں میرے رب کے اندر ہیں اور وہی سب کچھ کر سکتا ہے, بے شک وہی سب کچھ کر سکتا ہے, اس میں کوئی شک نہیں. مسکے چینل کو سبسکرائب کرتے رہیں, لائک کرتے رہیں, کمنٹ کرتے رہیں, اور گھنٹی دبانا مت بھولیے گا, کیونکہ سسرا آپ کے ساتھ ہے, کیونکہ سسرا آپ کے ساتھ ہے, سسرا آپ کے